ਲੋ ਜੀ ਮੇਰੀ ਇੱਕ ਵੀਡੀਓ ਜਿਹੜੀ ਹੈ ਨਾ ਹੁਣ ਐਸ ਖੰਜ਼ੀਰ ਵਾਸਤੇ ਜਿਹਦੀ ਮੈਂ ਫੋਟੋ ਨਾਲ ਲਈ ਮੈਂ ਦਾ ਨਾਂ ਲੈਣਾ ਜਿਹੜਾ ਨਾ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਇੱਕ ਹਾਲਾਂਕਿ ਸੂਰ ਦਾ ਨਾਂ ਲਓ ਤੇ 40 ਦਿਨ ਜ਼ਬਾਨ ਪਾਕ ਰਹਿੰਦੀ ਸਾਡੇ ਸਿਆਣਿਆਂ ਨੇ ਕਹਾਵਤ ਬਣਾਈ ਹੈ ਕਿ ਸੂਰ ਜਿਹੜਾ ਹੈ ਨਾ ਉਹ ਦਾ ਨਾਂ ਲਵੋ ਤੇ 40 ਦਿਨ ਜ਼ਬਾਨ ਪਾਕ ਰਹੇ ਦੀ ਇਹ ਆਦਮੀ ਉਸ ਤੋਂ ਵੀ ਕਟਿਆ ਇਹਦਾ ਨਾਂ ਲੈਣਾ ਜਿਹੜਾ ਹੈ ਨਾ ਹਮੇਸ਼ਾ ਲਈ ਜ਼ਬਾਨ ਨਾ ਪਾਕ ਹੋ ਜਾਂਦੀ ਕਿਉਂਕਿ ਇਹ ਆਦਮੀ ਉਹ ਵੇ ਜਿਸ ਤਰ੍ਹਾਂ ਸਾਡੇ ਸ਼ੇਖ ਰਸ਼ੀਦ ਨੇ ਕਹਿੰਦੇ ਤੇ ਕਿ ਅਸਲੀ ਤੇ ਨਸਲੀ ਨਾ ਇਹ ਗਾਂਡੂ ਅਸਲੀ ਤੇ ਨਾ ਇਹ ਨਸਲੀ ਇਹ ਹੈਗਾ ਇਹ ਚੀਨੀ ਚੋਰ ਇਹ ਬੰਦਾ 2 ਨੰਬਰ ਚੀਨੀ ਚੋਰ ਇੰਨੀ ਧੀਰੇ ਇਥੇ ਇੰਗਲੈਂਡ ਚ ਆਪਣੀ ਧੀ ਦੀਆ ਸੌਦਾ ਕਰ ਕਰਕੇ ਉਹਨੂੰ ਵੇਚ ਵੇਚ ਕੇ ਪੈਸਾ ਇਕੱਠਾ ਕਰਕੇ ਹੁਣ ਫੇਰ ਦੁਬਾਰਾ ਗਿਆ ਹੈ ਪਾਕਿਸਤਾਨ Imran Khan ਦੀ ਆਪਣੇ ਪਨਵਈਏ ਦੇ ਬਰਾਬਰ ਖੜਾ ਹੋਣ ਲੇਕਿਨ ਇਹਨੂੰ ਇਹ ਪਤਾ ਲੱਗ ਗਿਆ ਏਕੀ ਪਾਵਰ ਸ਼ੋ ਗਸ਼ਤੀ ਨੇ ਕੀਤਾ ਨਾ ਤੇ ਪਤਾ ਲੱਗ ਗਿਆ ਕਿ ਇੱਥੇ ਨਹੀਂ ਇਹ ਚੀਨੀ ਚੋਰਾਂ ਦਾ ਕੰਮ ਨਹੀਂ ਹੈਗਾ ਇਹ ਦਲੇਰਾਂ ਦਾ ਕੰਮ ਹੈ ਦਲੇਰ ਬੰਦਿਆਂ ਦਾ ਕੰਮ ਹੈ ਚੀਨੀ ਚੋਰਾਂ ਦਾ ਤੇ ਬੇਨਸਲੀਆਂ ਦਾ ਕੰਮ ਨਹੀਂ ਹੈ ਇਲੈਕਸ਼ਨ ਲੜਨਾ ਉਹ ਜਿਹੜੇ 2.5 ਸਾਲ ਦੇ ਬੱਚੇ ਆਉਣ ਆਲੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਨਾ ਉਹਨਾਂ ਦੇ ਇੱਥੇ ਬਿਆਨੀਆਂ ਪੈ ਗਿਆ Imran Khan ਦਾ ਉਹ ਸੁਣਾ ਚਾਇਆ ਹੁਣ ਕਹਿੰਦੇ ਨੇ ਕਿ ਜੀ ਉਹਨੂੰ ਅਸੀਂ ਹਾਊਸ ਅਰੈਸਟ ਕਰਨਾ ਹੈ ਪਲੀਜ਼ ਖੁਦਾ ਦਾ ਵਾਸਤਾ ਹੈ ਉਹ ਸ਼ਭਾਜੂ ਉੱਡ ਢਾਈ ਘੇਠ ਦਿਆ ਜੜਿਆ ਢਾਈ ਘੇਠ ਦਿਆ ਤੇਰੀ ਭਤੀਜੀ ਕੀ ਕਰੇਗੀ ਤੂੰ ਪਤਾ ਕੀ ਕਰ ਤੂੰ ਇੰਜ ਕਰ ਕੇ ইমরান ਖਾਨ ਨੂੰ ਨਾ ਰੈਸਟ ਉਹਦੇ ਘਰ ਚ ਹਾਊਸ ਰੈਸਟ ਨਾ ਕਰ ਗਰਾਜ ਰੈਸਟ ਕਰ ਆਪਣੀ ਭਤੀਜੀ ਦੇ ਗਰਾਜ ਰੈਸਟ ਕਰ ਉਹਨੂੰ ਆਪਣੀ ਭਤੀਜੀ ਦੇ ਗਰਾਜ ਦੇ ਵਿੱਚ ਵਾਰ ਦੇ ਲੈ ਮੈਂ ਤੈਨੂੰ ਨਾ ਸ਼ਰਤ ਲਾਉਣੀ ਤੇ ਤੈਨੂੰ ਚੈਲੰਜ ਕਰਨੀ ਆ ਕਿ ਉਸ ਤੋਂ ਬਾਅਦ ਨਾ ਤੇਰੀ ਭਤੀਜੀ ਜਿਹੜੀ ਹੈ ਨਾ ਉਹ ਟਕੇ ਟਕੇ ਤੇ ਵਿਕਰਾ ਬੰਦ ਹੋ ਜਾਏਗੀ ਉਹ ਨਾ ਹਰ ਬੰਦੇ ਦਾ ਗਰਾਜ ਚ ਆਉਣੀ ਐਂਟਰੀ ਜਿਹੜੀ ਹੈ ਨਾ ਸਾਡਾ ਬੱਬਰ ਸ਼ੇਰ ਉਹ ਬੰਦ ਕਰ ਦੇਗਾ ਜਿਵੇਂ ਸਾਡੇ ਬੱਬਰ ਸ਼ੇਰ ਨੇ ਤੁਹਾਡੀਆਂ ਪਿਛਲੀਆਂ ਮੋਰੀਆਂ ਨਹੀਂ ਬੰਦ ਕਰ ਦਿੱਤੀਆਂ ਬੱਲਾ ਚੜਾ ਕੇ ਬੱਲਾ ਚੜਾ ਕੇ ਨਾ ਮੋਰੀਆਂ ਬੰਦ ਕਰ ਦਿੱਤੀਆਂ ਨਾ ਐਂਡੀ ਬੰਦ ਕਰ ਦੇਗਾ ਗਰਾਹ ਚੌਣੇ ਲੋਕ ਬੰਦ ਹੋ ਜਾਣਗੇ ਜੇ ਤੁਸੀਂ ਆਪਣੀ ਇੱਜ਼ਤ ਬਚਾਉਣੀ ਕਿਉਂਕਿ ਉਹ ਜਿਹੜਾ ਜੰਮਨ ਆਲਾ ਪੜਵਾ ਉਹ ਤੇ ਇੱਥੇ ਬੈਠਾ ਗੰਡੂ ਜਿਹੜਾ ਇਲਜ਼ਾਮ ਲਾਉਂਦਾ ਜੀ ਉਹ ਮੇਰੇ ਤੇ ਹਮਲਾ ਹੋ ਗਿਆ ਜੀ ਮੇਰੇ ਤੇ ਹਮਲਾ ਹੋ ਗਿਆ ਉਹ ਇੰਗਲੈਂਡ ਦੇ ਤੇ ਕੁੱਤੇ ਵੀ ਉਹਦੇ ਵਾਲੇ ਮੂੰਹ ਕਰਕੇ ਮੂਤਰ ਨਹੀਂ ਕਰਦੇ ਉਹ ਆਪਣੀ ਢੁਈ ਕਰਕੇ ਨਾ ਉਧਰ ਫੁੱਲੀ ਕਰਕੇ ਨਹੀਂ ਗਈ ਤੇ ਉਹ ਵੀ ਮੂਤਰ ਨਹੀਂ ਕਰਦੇ ਉਹਦੇ ਮੂੰਹ ਵੱਲੇ ਤੇ ਉਹਦਾ ਤੇ ਹਮਲਾ ਹੋ ਗਿਆ ਜਿਹੜਾ ਪਤਾ ਲੱਗ ਗਿਆ ਕਿ ਹਮਲਾ ਕਿਹੋ ਜਿਹਾ ਹੋ ਗਿਆ ਤੇ ਜਾ ਗੇਤਰੀਨ ਅਜਾ ਗਾਇਤਰੀਨ ਆਪਣੀਆਂ ਧੀਆਂ ਨੂੰ ਕੱਢ ਉਹਨਾਂ ਨੂੰ ਇਹਨਾਂ ਦੇ ਥੱਲੇ ਪਾ ਤੇ ਫੇਰ ਸ਼ਾਇਦ ਇਲੈਕਸ਼ਨ ਤੂੰ ਲੜ ਜਾਏ ਤੇ ਫੇਰ ਤੇਨੂੰ ਕੋਈ ਚਾਰ ਵੋਟ ਲੱਭ ਜਾਣ ਓਵੇਂ ਤੇ ਬਰਾਰੋਲ ਹੱਕ ਦਾ ਹਸ਼ਰ ਦੇਖਿਆ ਹੈ ਨਾ ਜਿਹੜੇ 2 ਨੰਬਰ ਬੰਦੇ ਹੁੰਦੇ ਨੇ ਉਹਨਾਂ ਦਾ ਇੰਜ ਦਾ ਹਸ਼ਰ ਹੁੰਦਾ ਤੇ ਤੇਰਾ ਇਹਦੇ